9 crore. ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਤਾਂ ਪੂਰੀ ਦੁਨੀਆ ਦੇ ਵਿੱਚੋਂ ਲੱਖਾਂ ਦੀ ਗਿਣਤੀ ਸੰਗਤ ਸੁਲਤਾਨਪੁਰ ਲੋਧੀ ਵਿਖੇ ਪਹੁੰਚ ਰਹੀ ਹੈ। ਸੁਲਤਾਨਪੁਰ ਲੋਧੀ ਉਹ ਜਗ੍ਹਾ ਜਿੱਥੇ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ 14 ਸਾਲ 9 ਮਹੀਨੇ ਤੇ 13 ਦਿਨ ਬਿਤਾਏ। ਬੇਹੱਦ ਪਵਿੱਤਰ ਧਰਤੀ, ਇਸ ਲਈ ਹਰ ਕੋਈ ਇੱਥੇ ਨਤਮਸਤਕ ਹੋਣਾ ਚਾਹੁੰਦਾ। ਪਰ ਇੱਕ ਛੋਟਾ ਸ਼ਹਿਰ ਹੈ, ਭੀੜੀਆਂ ਗਲੀਆਂ ਨੇ, ਸੜਕਾਂ ਤੰਗ ਨੇ। ਐਸੇ ਹਾਲਾਤਾਂ ਦੇ ਵਿੱਚ ਅਸੀਂ ਕਰੀਬ 15 ਦਿਨ ਪਹਿਲਾਂ ਆ ਕੇ ਇੱਥੋਂ ਦੇ ਹਾਲਾਤ ਦੇਖੇ ਸੀ ਤਾਂ ਉਸ ਵੇਲੇ ਸਾਨੂੰ ਟ੍ਰੈਫਿਕ ਜਾਮ ਦੀਆਂ ਤਸਵੀਰਾਂ ਦੇਖਣ ਨੂੰ ਮਿਲੀਆਂ ਸੀ ਤਾਂ ਲੱਗਦਾ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਸਮਾਗਮ ਹੋਣਗੇ ਇੰਨੀ ਵੱਡੀ ਗਿਣਤੀ ਦੇ ਵਿੱਚ ਸੰਗਤ ਇੱਥੇ ਪਹੁੰਚੇਗੀ ਤਾਂ ਕਿੱਦਾਂ ਮੈਨੇਜ ਹੋ ਪਾਏਗਾ, ਤਾਂ ਕੀ ਵਾਕਈ ਮੈਨੇਜ ਹੋ ਪਾਏਗਾ ਜਾਂ ਫਿਰ ਦਿੱਕਤਾਂ ਹਜੇ ਵੀ ਬਰਕਰਾਰ ਰਹਿ ਸਕਦੀਆਂ ਨੇ। ਇਸ ਪੂਰੇ ਸਮਾਗਮ ਨੂੰ ਔਰ ਪੂਰੇ ਟ੍ਰੈਫਿਕ ਨੂੰ ਕੰਟਰੋਲ ਕਰਨ ਦੇ ਲਈ, ਪੂਰੀ ਸਿਕਿਉਰਿਟੀ ਨੂੰ ਧਿਆਨ ਦੇ ਵਿੱਚ ਰੱਖਣ ਦੇ ਲਈ ਪਲੈਨਿੰਗ ਕੀਤੀ ਗਈ ਹੈ ਅਤੇ ਉਹ ਪਲੈਨਿੰਗ ਕਰਨ ਵਾਲੇ ਅਫਸਰ ਸਾਡੇ ਨਾਲ ਨੇ, ਨੌ ਨਿਹਾਲ ਸਿੰਘ IG। ਹੋ ਨਿਹਾਲ ਜੀ, ਜਿਸ ਤਰ੍ਹਾਂ ਮੈਂ ਪਹਿਲਾਂ ਜ਼ਿਕਰ ਕੀਤਾ ਹੈ ਕਿ ਛੋਟਾ ਸ਼ਹਿਰ ਹੈ ਔਰ ਤੰਗ ਗਲੀਆਂ, ਮੈਂ ਖੁਦ ਇੱਥੋਂ ਦੇ ਹਾਲਾਤ ਦੇਖ ਚੁੱਕਿਆ ਔਰ ਲੱਗਦਾ ਸੀ ਕਿ ਮੈਨੇਜ ਨਹੀਂ ਹੋ ਪਾਏਗਾ। ਕੀ ਤੁਸੀਂ ਇਸ ਪੂਰੀ ਤਸਵੀਰ ਤੋਂ ਵਾਕਫ ਸੀ ਔਰ ਕਿਸ ਤਰ੍ਹਾਂ ਦੀ ਪਲੈਨਿੰਗ ਹੈ ਤਾਂ ਕਿ ਲੋਕਾਂ ਨੂੰ ਇਹ ਸਮੱਸਿਆ ਨਾ ਆਵੇ? ਜਿਵੇਂ ਕਿ ਤੁਸੀਂ ਕਿਹਾ, ਸੁਲਤਾਨਪੁਰ ਲੋਧੀ ਇੱਕ ਬਹੁਤ ਛੋਟਾ ਸ਼ਹਿਰ ਹੈ, ਲੇਕਿਨ ਇਹਦੇ ਵਿੱਚ ਇੱਕ ਬਹੁਤ ਵੱਡਾ ਪ੍ਰੋਗਰਾਮ ਕਰਾਉਣ ਦਾ ਸਰਕਾਰ ਨੇ ਮਨ ਬਣਾ ਲਿਆ ਅਤੇ ਜਦ ਇਸ ਚੀਜ਼ ਦਾ ਫੈਸਲਾ ਹੋ ਗਿਆ ਤਾਂ ਸਾਨੂੰ ਇਹਦੀ ਖਬਰ ਮਿਲੀ, ਅਸੀਂ ਇਹਦੀ ਡਿਟੇਲ ਤਿਆਰੀ ਸ਼ੁਰੂ ਕੀਤੀ। ਸਭ ਤੋਂ ਪਹਿਲਾਂ ਅਸੀਂ ਇਸ ਇਲਾਕੇ ਦੇ ਜਿਹੜੇ ਵਸਨੀਕ ਸੀ ਉਹਨਾਂ ਨਾਲ ਸਲਾਹ ਮਸ਼ਵਰਾ ਕੀਤਾ, ਇਸ ਇਲਾਕੇ ਦਾ ਸ਼ਹਿਰ ਦਾ ਡਿਟੇਲ ਸਰਵੇ ਕਰਵਾਇਆ ਅਤੇ ਜਿਹੜੇ ਕੰਸਰਨ ਡਿਪਾਰਟਮੈਂਟਸ ਹੈਗੇ ਉਹਨਾਂ ਨਾਲ ਵੀ ਮਸ਼ਵਰਾ ਕੀਤਾ। ਇਸ ਸਲਾਹ ਮਸ਼ਵਰੇ ਦੇ ਨਾਲ ਤਕਰੀਬਨ 1 ਸਾਲ ਪਹਿਲਾਂ ਇੱਕ ਡਿਟੇਲ ਪ੍ਰੋਗਰਾਮ ਜਿਹੜਾ ਸੀ ਉਲੀਕਿਆ ਗਿਆ ਅਤੇ ਉਹ ਪ੍ਰੋਗਰਾਮ ਜਿਹੜਾ ਹੈਗਾ ਹੁਣ ਉਹ ਪੂਰਾ ਤਿਆਰ ਹੋ ਕੇ ਗਰਾਊਂਡ 'ਤੇ ਆ ਚੁੱਕਿਆ ਹੈ ਅਤੇ ਸਾਨੂੰ ਇਸ ਗੱਲ ਦਾ ਯਕੀਨ ਹੈ ਕਿ ਇਹ ਜਿਹੜੀ ਤੁਸੀਂ ਪ੍ਰੋਬਲਮ 15 ਦਿਨ ਪਹਿਲਾਂ ਮਹਿਸੂਸ ਕੀਤੀ ਕਿ ਉੱਥੇ ਜਾਮ ਲੱਗਿਆ ਅਤੇ ਲੋਕਾਂ ਨੂੰ ਤਕਲੀਫ ਹੋਈ, ਹੁਣ ਇਸ ਸਮਾਗਮ ਦੌਰਾਨ ਇਹੋ ਜਿਹੀ ਕੋਈ ਵੀ ਤਕਲੀਫ ਪਬਲਿਕ ਨੂੰ ਨਹੀਂ ਆਏਗੀ। ਸ਼ਹਿਰ ਦੀ ਅਗਰ ਆਪਾਂ ਭੂਗੋਲਿਕ ਸਥਿਤੀ ਨੂੰ ਦੇਖ ਲਈਏ ਤਾਂ ਇੱਕ ਪਾਸੇ ਵੇਈ ਨਦੀ ਹੈ ਔਰ ਇੱਕ ਰੇਲਵੇ ਟਰੈਕ ਵੀ ਨਿਕਲਦਾ ਹੈ, ਤਾਂ ਐਸੇ ਹਾਲਾਤਾਂ ਦੇ ਵਿੱਚ ਕੀ ਹੋਰ ਸ਼ਹਿਰ ਦੇ ਮੁਕਾਬਲੇ ਇਸ ਸ਼ਹਿਰ ਦੇ ਹਾਲਾਤ ਅਲੱਗ ਨੇ ਸਿਕਿਉਰਿਟੀ ਜਾਂ ਫਿਰ ਟ੍ਰੈਫਿਕ ਦੇ ਮੱਦੇਨਜ਼ਰ? ਜੀ, ਇਹ ਤੁਸੀਂ ਸਹੀ ਕਹਿ ਰਹੇ ਹੋ, ਜਿਹੜੇ ਪੰਜਾਬ ਦੇ ਦੂਸਰੇ ਸ਼ਹਿਰਾਂ 'ਚ ਵੱਡੇ ਮੇਲੇ ਲੱਗਦੇ ਹੈਗੇ ਜਿਵੇਂ ਫਤਿਹਗੜ੍ਹ ਸਾਹਿਬ ਹੋ ਗਏ ਜਾਂ ਤਲਵੰਡੀ ਸਾਹਿਬ ਹੋ ਗਿਆ, ਉਹਨਾਂ ਤੋਂ ਜੋ ਭੂਗੋਲਿਕ ਸਥਿਤੀ ਜੋਗ੍ਰਾਫਿਕਲ ਸਿਚੁਏਸ਼ਨ ਹੈਗੀ ਹੈ ਉਹ ਇਸ ਕਸਬੇ ਦੀ, ਇਸ ਸ਼ਹਿਰ ਦੀ ਬਹੁਤ ਅਲੱਗ ਹੈ। ਇਹਦੇ ਇੱਕ ਪਾਸੇ ਪਵਿੱਤਰ ਬੇਈ ਨਦੀ ਹੈਗੀ ਹੈ, ਇੱਕ ਪਾਸੇ ਨਾਲਾ ਹੈਗਾ ਅਤੇ ਤੀਸਰੀ ਸਾਈਡ 'ਤੇ ਰੇਲਵੇ ਟਰੈਕ ਜਾਂਦਾ ਹੈ। ਇਹਨਾਂ ਕਰਕੇ ਜਿਹੜੀ ਪਬਲਿਕ ਦੀ ਮੂਵਮੈਂਟ ਹੈ ਉਹ ਬਹੁਤ ਜ਼ਿਆਦਾ ਮੁਸ਼ਕਿਲ ਹੋ ਜਾਂਦੀ ਹੈ, ਖਾਸ ਤੌਰ 'ਤੇ ਜੇ ਇਹ ਮੂਵਮੈਂਟ ਲੱਖਾਂ ਦੀ ਤਾਦਾਦ ਵਿੱਚ ਹੋਵੇ। ਇਸ ਪ੍ਰੋਬਲਮ ਨੂੰ ਦੂਰ ਕਰਨ ਲਈ ਤਾਂ ਕਿ ਹਰ ਬੰਦਾ ਜੋ ਇੱਥੇ ਆਏ ਉਹ ਬੜੇ ਆਰਾਮ ਨਾਲ ਗੁਰਦੁਆਰਾ ਤੱਕ ਪਹੁੰਚ ਸਕੇ ਅਤੇ ਮੱਥਾ ਟੇਕ ਕੇ ਵਾਪਸ ਆ ਸਕੇ, ਸਾਨੂੰ ਇੱਕ ਡਿਟੇਲ ਪ੍ਰੋਗਰਾਮ ਅਤੇ ਇੱਕ ਪਲਾਨ ਤਿਆਰ ਕਰਨਾ ਪਿਆ ਜਿਹਦੇ ਵਿੱਚ ਬਹੁਤ ਭਾਰੀ ਮਾਤਰਾ ਵਿੱਚ ਲੋਕਲ ਲੈਵਲ 'ਤੇ ਇਨਫਰਾਸਟ੍ਰਕਚਰ ਵੀ ਤਿਆਰ ਹੋਇਆ। ਲੇਕਿਨ ਹੁਣ ਇਹ ਸਾਰਾ ਪ੍ਰੋਗਰਾਮ ਜਿਹੜਾ ਤਿਆਰ ਹੋ ਚੁੱਕਿਆ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਹਦਾ ਅਸਰ ਜਿਹੜਾ ਹੈਗਾ ਉਹ ਪਬਲਿਕ ਜਾਂ ਜੋ ਇੱਥੇ ਵਿਜ਼ਿਟ ਕਰਨ ਆਏਗੀ ਉਹ ਇਹਦਾ ਆਨੰਦ ਜਿਹੜਾ ਹੈ ਉਹ ਮਾਣੇਗੀ ਅਤੇ ਮਹਿਸੂਸ ਕਰੇਗੀ। ਅਜੀ ਸਾਹਿਬ, ਇੱਕ ਸਭ ਤੋਂ ਅਹਿਮ ਸਵਾਲ ਆ ਜਿਹੜਾ ਕਿ ਆਮ ਦਰਸ਼ਕ ਹੈ ਜਿਹੜਾ ਦੇਖ ਰਿਹਾ ਜਾਂ ਆਮ ਸ਼ਰਧਾਲੂ ਜਿਹੜਾ ਇੱਥੇ ਆਉਣਾ ਚਾਹੁੰਦਾ, ਮੈਂ ਚਾਹੇ ਉਹ ਮੈਂ ਪਹਿਲਾਂ ਹੀ ਅਗਲਾ ਭੀੜ ਦੇ ਨਾਂ ਤੋਂ ਡਰ ਕੇ ਸੋਚਦਾ ਹੈ ਕਿ ਯਾਰ ਮੈਂ ਉੱਥੇ ਜਾਣਾ ਕਿੱਦਾਂ, ਤਾਂ ਬਾਹਰੋਂ ਜਿਹੜੀ ਸੰਗਤ ਆਏਗੀ ਉਹਨਾਂ ਨੇ ਗੁਰਦੁਆਰਾ ਸਾਹਿਬ ਤੱਕ ਨਤਮਸਤਕ ਹੋਣ ਲਈ ਜਾਣਾ ਕਿੱਦਾਂ ਤਾਂ ਕਿ ਉਹ ਬੜੇ ਆਰਾਮ ਨਾਲ, ਕਿਉਂਕਿ ਕੋਈ ਯੰਗ ਇਹ ਨਹੀਂ ਕਿ ਸਾਰੇ ਯੰਗ ਹੋਣਗੇ, ਕੋਈ ਬਜ਼ੁਰਗ ਵੀ ਹੋ ਸਕਦਾ ਹੈ, ਕੋਈ ਮਰੀਜ਼ ਵੀ ਹੋ ਸਕਦਾ ਹੈ, ਪਰ ਆਪਣੀ ਸ਼ਰਧਾ ਭਾਵਨਾ ਨਾਲ ਇੱਥੇ ਪਹੁੰਚ ਰਿਹਾ, ਤਾਂ ਉਸ ਨੂੰ ਕਿਵੇਂ ਤੁਸੀਂ ਯਕੀਨੀ ਬਣਾ ਰਹੇ ਹੋ ਕਿ ਉਹ ਸੰਗਤ ਹੈ ਜਿਹੜੀ ਉਹ ਗੁਰਦੁਆਰਾ ਸਾਹਿਬ ਤੱਕ ਪਹੁੰਚ ਸਕੇ? ਸਾਡੇ ਵੱਲੋਂ ਜਿਹੜਾ ਪਲਾਨ ਉਲੀਕਿਆ ਗਿਆ ਹੈਗਾ ਇਹਦਾ ਜਿਹੜਾ ਮੇਨ ਫੋਕਸ ਹੈ ਉਹ ਇਹੀ ਹੈ ਕਿ ਹਰ ਬੰਦਾ ਬੜੇ ਆਰਾਮ ਨਾਲ ਮੋਸਟ ਕੰਫਰਟੇਬਲੀ ਅਤੇ ਸੇਫਲੀ ਗੁਰਦੁਆਰੇ ਤੱਕ ਪਹੁੰਚ ਕੇ ਨਤਮਸਤਕ ਹੋ ਸਕੇ, ਮੱਥਾ ਟੇਕ ਸਕੇ ਅਤੇ ਉਸ ਤੋਂ ਬਾਅਦ ਸੇਫਲੀ ਜਿਹੜਾ ਹੈਗਾ ਕੰਫਰਟੇਬਲੀ ਵਾਪਸ ਜਾ ਸਕੇ। ਜਿਵੇਂ ਕਿ ਤੁਸੀਂ ਇਹ ਗੱਲ ਰੇਜ਼ ਕੀਤੀ ਕਿ ਇਹਨਾਂ 'ਚ ਕੁਝ ਬਜ਼ੁਰਗ ਵੀ ਹੋਣਗੇ, ਬੱਚੇ ਵੀ ਹੋਣਗੇ, ਲੇਡੀਜ਼ ਵੀ ਹੋਣਗੇ, ਇਸ ਗੱਲ ਦਾ ਵੀ ਖਾਸ ਧਿਆਨ ਰੱਖਿਆ ਗਿਆ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਜਾਣੂ ਕਰਾਉਣਾ ਚਾਹਾਂਗਾ ਕਿ ਇਹਦੇ ਵਾਸਤੇ 1-way ਯੂਨੀਡਾਇਰੈਕਸ਼ਨਲ ਟ੍ਰੈਫਿਕ ਪਲਾਨ ਤਿਆਰ ਕੀਤਾ ਗਿਆ ਤਾਂ ਕਿ ਅਤੇ ਉਹਦੇ ਵਾਸਤੇ 3 ਵੱਡੇ ਕੋਰੀਡੋਰ ਜਿਹੜੇ ਉਹ ਆਈਡੈਂਟੀਫਾਈ ਕੀਤੇ ਗਏ ਹੈਗੇ। ਇਹ ਸਪੈਸੀਫਿਕ ਕੋਰੀਡੋਰ ਜਿਹੜੇ ਹੈਗੇ ਇਹ ਪੰਜਾਬ ਦੇ ਆਉਣ ਵਾਲੇ ਵੱਖ ਵੱਖ ਹਿੱਸਿਆਂ ਤੋਂ ਟ੍ਰੈਫਿਕ ਨੂੰ ਉੱਥੇ ਪਹੁੰਚਾਉਣ ਵਾਸਤੇ ਤਿਆਰ ਕੀਤੇ ਗਏ। ਇਹਨਾਂ 'ਚੋਂ ਸਭ ਤੋਂ ਪਹਿਲਾਂ ਕਪੂਰਥਲਾ ਸਾਈਡ ਤੋਂ ਕਪੂਰਥਲਾ ਰੋਡ, ਦੂਸਰਾ ਜਿਹੜਾ ਮਾਝੇ ਤੋਂ ਆਉਣਾ ਹੈਗਾ ਉਹਦੇ ਵਾਸਤੇ ਵਾਇਆ ਗੋਬਿੰਦਵਾਲ ਹੁੰਦੇ ਹੋਏ ਤਲਵੰਡੀ ਚੌਧਰੀਆਂ ਰੋਡ, ਅਤੇ ਜਿਹਨਾਂ ਲੋਕਾਂ ਨੇ ਮਾਲਵੇ ਸਾਈਡ ਤੋਂ ਆਉਣਾ ਉਹਨਾਂ ਵਾਸਤੇ ਮਖੂ ਲੋਹੀਆਂ ਹੁੰਦੇ ਹੋਏ ਮਖੂ ਲੋਹੀਆਂ ਰੋਡ। ਇਹਨਾਂ 3 ਸੜਕਾਂ ਦੇ ਉੱਪਰ ਬਹੁਤ ਵੱਡੇ ਵੱਡੇ ਫੁੱਲੀ ਜਿਹੜੇ ਇਕੁਇਪਡ ਪਾਰਕਿੰਗ ਸੈਂਟਰ ਜਿਹੜੇ ਹੈਗੇ ਆ ਉਹ ਤਿਆਰ ਕੀਤੇ ਗਏ ਹੈਗੇ ਅਤੇ ਜਿਹੜੀ ਸੰਗਤ ਤਲਵੰਡੀ ਸਾਹਿਬ ਸੁਲਤਾਨਪੁਰ ਲੋਧੀ ਮੱਥਾ ਟੇਕਣ ਆਏਗੀ ਉਹ ਇਹਨਾਂ ਰਸਤਿਆਂ ਤੋਂ ਹੁੰਦੇ ਹੋਏ ਇੰਨੀ ਵੱਡੀਆਂ ਪਾਰਕਿੰਗਾਂ ਵਿੱਚ ਆਉਣਗੀਆਂ। ਇਸ ਤੋਂ ਇਲਾਵਾ ਜਦ ਇਹਨਾਂ ਨੇ ਆਪਣਾ ਮੱਥਾ ਟੇਕ ਕੇ ਵਾਪਸ ਜਾਣਾ ਹੈ
ਤੇ ਇੱਕ ਡੈਡੀਕੇਟਿਡ ਇੱਕ ਚੀਜ਼ ਕਲੀਅਰ ਕਰੋ, ਜਦੋਂ ਸੰਗਤ ਬਾਹਰੋਂ ਆ ਗਈ ਤੁਸੀਂ 6 ਕਿਲੋਮੀਟਰ ਬਾਹਰ ਆਈ ਥਿੰਕ ਪਾਰਕਿੰਗ ਸਾਰੇ ਪਾਸੇ ਬਣਾ ਦਿੱਤੀ ਸ਼ਹਿਰ ਤੋਂ ਬਾਹਰ, ਉਹ ਪਾਰਕਿੰਗ ਦੇ ਵਿੱਚ ਆਪਣਾ ਵਹੀਕਲ ਲਾ ਕੇ ਉਹਨਾਂ ਨੇ ਕਿਸ ਤਰ੍ਹਾਂ ਅੱਗੇ ਪਹੁੰਚਣਾ ਹੈ ਤਾਂ ਕਿ ਸਾਡੇ ਦਰਸ਼ਕਾਂ ਨੂੰ ਬਰੀਫ ਹੋ ਜਾਵੇ? ਬਿਲਕੁਲ ਠੀਕ ਹੈ ਜੀ, ਜਿਹੜੀ ਸੰਗਤ ਨੇ ਇਹਨਾਂ ਤਿੰਨਾਂ ਸਾਈਡੋਂ ਤੋਂ ਆਉਣਾ ਹੈਗਾ, ਇਹਨਾਂ ਨੂੰ ਤਕਰੀਬਨ 6 ਤੋਂ 8 ਕਿਲੋਮੀਟਰ ਦੂਰ ਬਹੁਤ ਵੱਡੀਆਂ ਪਾਰਕਿੰਗਸ ਬਣਾਈਆਂ ਗਈਆਂ ਹੈਗੀਆਂ, ਉੱਥੇ ਰੋਕ ਦਿੱਤਾ ਜਾਏਗਾ। ਇਹ ਬਹੁਤ ਲਾਰਜ 150-150 ਏਕੜ ਦੀਆਂ ਪਾਰਕਿੰਗਸ ਹੈ ਜਿੱਥੇ ਸੰਗਤ ਬੜੇ ਆਰਾਮ ਨਾਲ ਆਪਣੀ ਸੇਫਲੀ ਗੱਡੀ ਪਾਰਕ ਕਰ ਸਕਦੀ ਹੈ। ਉੱਥੋਂ ਇੱਕ ਡੈਡੀਕੇਟਿਡ ਟ੍ਰੈਫਿਕ ਵਿਵਸਥਾ ਤਿਆਰ ਕੀਤੀ ਗਈ ਹੈਗੀ ਹੈ ਸਰਕਾਰੀ ਬੱਸਾਂ ਦੀ, ਇਹ ਨਿਸ਼ੁਲਕ ਸੇਵਾ ਹੈਗੀ ਹੈ। ਹਰ ਸ਼ਰਧਾਲੂ ਜਿਹੜਾ ਕਿਸੇ ਵੀ ਪਾਸੋਂ ਇੱਥੇ ਪਹੁੰਚੇਗਾ, ਆਪਣੀ ਪਾਰਕਿੰਗ ਵਿੱਚ ਗੱਡੀ ਪਾਰਕ ਕਰਨ ਤੋਂ ਬਾਅਦ ਇਹਨਾਂ ਬੱਸਾਂ ਵਿੱਚ ਬੈਠੇਗਾ ਅਤੇ ਇਹ ਬੱਸਾਂ ਇਹਨਾਂ ਨੂੰ ਕਰੀਬ 6 ਤੋਂ 8 ਕਿਲੋਮੀਟਰ ਦਾ ਡਿਸਟੈਂਸ ਪਾਰ ਕਰਾ ਕੇ ਸੁਲਤਾਨਪੁਰ ਲੋਧੀ ਦੀ ਇੰਟਰਨਲ ਪਾਰਕਿੰਗਸ 'ਤੇ ਲੈ ਜਾਣਗੀਆਂ। ਇਹ ਜਿਹੜੀਆਂ ਸ਼ਹਿਰ ਦੀਆਂ ਅੰਦਰੂਨੀ ਪਾਰਕਿੰਗਸ ਹੈ, ਖਾਸ ਤੌਰ 'ਤੇ ਇਸ ਕਰਕੇ ਪਲਾਨ ਕੀਤੀਆਂ ਗਈਆਂ ਹਨ ਕਿ ਕਿਸੇ ਵੀ ਸ਼ਰਧਾਲੂ ਨੂੰ ਗੁਰਦੁਆਰੇ ਜਾਣ ਵਾਸਤੇ 1 ਕਿਲੋਮੀਟਰ ਤੋਂ ਜ਼ਿਆਦਾ ਪੈਦਲ ਨਾ ਚੱਲਣਾ ਪਏ। ਲੇਕਿਨ ਇਸ ਤੋਂ ਇਲਾਵਾ ਇਸ ਗੱਲ ਦਾ ਵੀ ਧਿਆਨ ਰੱਖਿਆ ਗਿਆ ਹੈ ਕਿ ਜੇ ਕੋਈ ਸ਼ਰਧਾਲੂ ਬਿਰਧ ਹੈ ਜਾਂ ਕੋਈ ਬਿਮਾਰ ਹੈ ਜਾਂ ਕਿਸੇ ਕੋਲ ਛੋਟਾ ਬੱਚਾ ਹੈ ਜਾਂ ਕੋਈ ਮਹਿਲਾ ਹੈਗੀ ਹੈ ਤਾਂ ਉਹਨਾਂ ਨੂੰ ਗੁਰਦੁਆਰੇ ਤੱਕ ਪਹੁੰਚਾਉਣ ਲਈ ਈ ਰਿਕਸ਼ਾ ਸਰਵਿਸ ਜਿਹੜੀ ਇੱਕ ਫ੍ਰੀ ਸਰਵਿਸ ਹੈ ਉਹਦਾ ਇੰਤਜ਼ਾਮ ਵੀ ਕੀਤਾ ਗਿਆ ਹੈ। ਜੋ ਸੰਗਤ ਚੱਲ ਕੇ ਜਾਣਾ ਚਾਹੁੰਦੀ ਹੈ ਉਹਨਾਂ ਵਾਸਤੇ ਤਕਰੀਬਨ 1 ਕਿਲੋਮੀਟਰ ਦਾ ਡੈਡੀਕੇਟਿਡ ਪੈਡੈਸਟ੍ਰੀਅਨ ਪਾਥ ਹੈ, ਉਸ 'ਤੇ ਕੋਈ ਗੱਡੀ ਨਹੀਂ ਹੈਗੀ, ਇਹ ਬਿਲਕੁਲ ਸੇਫ ਪਾਥ ਹੈ। ਅਤੇ ਜਿਹੜੀ ਸੰਗਤ ਨਹੀਂ ਚੱਲ ਸਕਦੀ ਜਾਂ ਕਿਸੇ ਤਰੀਕੇ ਦੀ ਉਹਨੂੰ ਔਕੜ ਹੈ ਉਹ ਈ ਰਿਕਸ਼ਾ ਰਾਹੀਂ ਗੁਰਦੁਆਰੇ ਤੱਕ ਪਹੁੰਚ ਸਕਦੀ ਹੈ। ਬਿਲਕੁਲ, ਪਰ ਇੱਕ ਚੀਜ਼ ਤੁਹਾਡੇ ਈ ਰਿਕਸ਼ਾ ਨੂੰ ਲੈ ਕੇ ਮੈਂ ਇੱਕ ਦੇਖ ਕੇ ਆਇਆ ਜੀ, ਈ ਰਿਕਸ਼ਾ ਸ਼ਾਇਦ ਉਹਦੀ ਗਿਣਤੀ ਵਧਾਉਣ ਦੀ ਜ਼ਰੂਰਤ ਸੀਗੀ। ਕੀ ਤੁਸੀਂ ਉਹਨੂੰ ਲਗਾਤਾਰ ਮੋਨੀਟਰ ਕਰ ਰਹੇ ਹੋ ਕਿ ਅਗਰ ਉਹਨੂੰ ਵਧਾਉਣਾ ਪੈਂਦਾ ਤਾਂ ਉਸਨੂੰ ਵਧਾਇਆ ਵੀ ਜਾ ਸਕਦਾ ਹੈ, ਜਾਂ ਫਿਰ ਜੋ ਇੱਕ ਵਾਰੀ ਫਿਕਸ ਹੋ ਗਿਆ ਹੋ ਗਿਆ, ਅੱਗੇ ਦਿੱਕਤ ਜਿਹੜੀ ਆਈ ਤਾਂ ਆਈ ਸੰਗਤ ਨੂੰ, ਜਾਂ ਫਿਰ ਉਸਨੂੰ ਮੌਕੇ ਦੇ ਮੁਤਾਬਕ ਅਗਰ ਕਿਤੇ ਈ ਰਿਕਸ਼ਾ ਦੀ ਜ਼ਰੂਰਤ ਹੈ ਜਾਂ ਕੁਝ ਹੋਰ ਬਦਲਾਵ ਕਰਨੇ ਪੈਂਦੇ ਆ ਤਾਂ ਉਸਨੂੰ ਵੀ ਟਾਈਮ ਟੂ ਟਾਈਮ ਜਿਹੜਾ ਹੈਗਾ ਤੁਸੀਂ ਫਿਲਟਰ ਕਰੋ ਜੀ। ਬਿਲਕੁਲ ਠੀਕ ਕਹਿ ਰਹੇ ਹੋ, ਜਿਹੜਾ ਸਾਡਾ ਜਿਹੜਾ ਈ ਰਿਕਸ਼ਾ ਅਤੇ ਬੱਸ ਜਿਹੜਾ ਹੈਗਾ ਇਹ ਡੇਲੀ ਬੇਸਿਸ 'ਤੇ ਮੋਨੀਟਰ ਹੋ ਰਿਹਾ। ਸਾਡੇ ਵੱਲੋਂ ਕਰੀਬ 300 ਬੱਸ ਅਤੇ 500 ਈ ਰਿਕਸ਼ਾ ਦਾ ਇੰਤਜ਼ਾਮ ਕੀਤਾ ਗਿਆ ਹੈਗਾ, ਲੇਕਿਨ ਇਹਨੂੰ ਇਸ ਹਿਸਾਬ ਨਾਲ ਡਿਪਲੋਏ ਕੀਤਾ ਜਾਏਗਾ ਕਿ ਜਿਸ ਪ੍ਰਕਾਰ ਨਾਲ ਸੰਗਤ ਆਉਂਦੀ ਹੈ। ਸੋ ਇਹ ਡੇਲੀ ਬੇਸਿਸ 'ਤੇ ਮੋਨੀਟਰ ਕੀਤਾ ਜਾ ਰਿਹਾ ਕੀ ਰਿਕੁਆਇਰਮੈਂਟ ਹੈ ਅਤੇ ਡੇਲੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਇਹਦੇ 'ਚ ਬਦੌਤਰੀ ਜਾਂ ਕਟੌਤੀ ਕੀਤੀ ਜਾਏਗੀ ਤਾਂ ਕਿ ਈ ਰਿਕਸ਼ਾ ਅਤੇ ਜਿਹੜੀ ਬੱਸ ਸਰਵਿਸ ਹੈ ਉਹ ਪਬਲਿਕ ਦੀ ਰਿਕੁਆਇਰਮੈਂਟ ਵਾਸਤੇ ਆਪਟੀਮਲ ਹੋਵੇ ਅਤੇ ਮੈਕਸੀਮਮ ਕਨਵੀਨੀਅੰਸ ਪ੍ਰੋਵਾਈਡ ਕਰੇ। ਸੰਗਤ ਉੱਥੇ ਆ ਵੀ ਗਈ ਜੀ, ਪਹੁੰਚ ਵੀ ਗਈ, ਨਤਮਸਤਕ ਵੀ ਹੋ ਗਏ, ਪਰ ਕਈ ਵਾਰ ਭੀੜ ਦੇ ਵਿੱਚ ਕੁਝ ਸ਼ਰਾਰਤੀ ਅਨਸਰ ਵੀ ਹੁੰਦੇ ਨੇ ਜਾਂ ਕਈ ਵਾਰ ਅਣਸਖਾਵੀਆਂ ਘਟਨਾਵਾਂ ਦਾ ਵੀ ਖਤਰਾ ਰਹਿੰਦਾ, ਤਾਂ ਸਿਕਿਉਰਿਟੀ ਹਰ ਕੋਈ ਵਿਅਕਤੀ ਸੁਰੱਖਿਆ ਨੂੰ ਲੈ ਕੇ ਪਰੇਸ਼ਾਨ ਰਹਿੰਦਾ, ਤਾਂ ਐਸੇ ਮਾਹੌਲ ਦੇ ਵਿੱਚ ਲੋਕਾਂ ਦੇ ਬੱਚਿਆਂ ਨੇ ਵੀ ਆਉਣਾ, ਲੇਡੀਜ਼ ਨੇ ਵੀ ਆਉਣਾ, ਉਹਨਾਂ ਦੀ ਸੁਰੱਖਿਆ ਨੂੰ ਕਿਵੇਂ ਯਕੀਨੀ ਬਣਾਇਆ ਜਾ ਰਿਹਾ? ਉਹਦੇ ਲਈ ਕੀ ਉਹੀ ਪੁਰਾਣਾ ਸਿਸਟਮ ਹੈ ਜਾਂ ਫਿਰ ਤੁਸੀਂ ਉਹਦੇ ਲਈ ਟੈਕਨੋਲੋਜੀ ਦਾ ਸਹਾਰਾ ਲੈ ਰਹੇ ਹੋ ਤਾਂ ਕਿ ਆਮ ਲੋਕ ਪੂਰੀ ਤਰ੍ਹਾਂ ਸੇਫ ਹੋਣ ਇਸ ਜਗ੍ਹਾ 'ਤੇ? ਟੈਕਨੋਲੋਜੀ ਜੀ ਅੱਜ ਕੱਲ੍ਹ ਦਾ ਸੱਚ ਹੈ, ਅਤੇ ਅਸੀਂ ਇਸ ਮੇਲੇ ਵਿੱਚ ਇੱਕ ਬਹੁਤ ਵੱਡੀ ਕੋਸ਼ਿਸ਼ ਕੀਤੀ ਹੈ ਕਿ ਵੱਧ ਤੋਂ ਵੱਧ ਟੈਕਨੋਲੋਜੀ ਦਾ ਜਿਹੜਾ ਇਸਤੇਮਾਲ ਹੈ ਉਹ ਪਬਲਿਕ ਦੀ ਸੇਫਟੀ ਵਾਸਤੇ ਕੀਤਾ ਜਾਏ। ਟੈਕਨੋਲੋਜੀ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਪਬਲਿਕ ਦੀ ਸੇਫਟੀ ਵਾਸਤੇ ਜੋ ਬੇਸਿਕ ਬੁਨਿਆਦੀ ਪ੍ਰਬੰਧ ਹੈ ਉਹਦੇ ਬਾਰੇ ਥੋੜ੍ਹਾ ਜਾਣੂ ਕਰਾਊਂਗਾ। ਜਿਹੜੀ ਸੰਗਤ ਨੇ ਮੱਥਾ ਟੇਕਣਾ ਹੈਗਾ ਉਹਦੇ ਵਾਸਤੇ ਪੈਡੈਸਟ੍ਰੀਅਨ ਰੂਟ ਹੈਗਾ, ਪੈਡੈਸਟ੍ਰੀਅਨ ਰੂਟ 'ਤੇ ਕਿਸੇ ਪ੍ਰਕਾਰ ਦੀ ਹੋਰ ਕੋਈ ਗੱਡੀ ਨਹੀਂ ਹੈ। ਪੈਡੈਸਟ੍ਰੀਅਨ ਰੂਟ ਦੇ ਨਾਲ ਖਾਲੀ ਥਾਵਾਂ ਰੱਖੀਆਂ ਗਈਆਂ ਕਿ ਜੇ ਕੋਈ ਐਮਰਜੈਂਸੀ ਜਾਂ ਭਗਦੜ ਹੁੰਦੀ ਹੈ ਅਤੇ ਪਬਲਿਕ ਦੇ ਇਵੈਕੂਏਸ਼ਨ ਵਾਸਤੇ ਰੂਟਸ ਐਂਡ ਏਰੀਆ ਈਅਰਮਾਰਕ ਕੀਤੇ ਗਏ ਹਨ। ਜਿਹੜੀ ਸੰਗਤ ਨੇ ਮੱਥਾ ਟੇਕਣਾ ਹੈਗਾ ਉਹਦੇ ਵਾਸਤੇ 1-way ਯੂਨੀਡਾਇਰੈਕਸ਼ਨਲ ਫਲੋ ਹੈ ਤਾਂ ਕਿ ਸੰਗਤ ਇੱਕ ਪਾਸੋਂ ਗੁਰਦੁਆਰੇ 'ਚ ਦਾਖਲ ਹੋਵੇ ਅਤੇ ਦੂਸਰੀ ਸਾਈਡ ਤੋਂ ਓਪੋਜ਼ਿਟ ਸਾਈਡ ਤੋਂ ਬਾਹਰ ਆਵੇ। ਇਸ ਤੋਂ ਇਲਾਵਾ ਇੱਕ ਫੁੱਟਵੇਅਰ ਦਾ ਵੀ ਇੱਕ ਪ੍ਰਬੰਧ ਕੀਤਾ ਗਿਆ ਹੈਗਾ ਜਿਸ ਸੰਬੰਧੀ ਮੈਂ ਤੁਹਾਨੂੰ ਡਿਟੇਲ 'ਚ ਅੱਗੇ ਵਿਸਥਾਰ 'ਚ ਦੱਸੂਗਾ। ਲੇਕਿਨ ਇਸ ਜਿਹੜਾ ਤੁਹਾਡਾ ਟ੍ਰੈਫਿਕ ਫਲੋ ਹੈਗਾ ਪੈਡੈਸਟ੍ਰੀਅਨ ਟ੍ਰੈਫਿਕ ਫਲੋ ਉੱਥੋਂ ਉਹਨੂੰ ਸਪੋਰਟ ਕਰਨ ਲਈ ਟੈਕਨੋਲੋਜੀ ਦਾ ਇੱਕ ਹੈਵੀ ਇੰਟਰਵੈਂਸ਼ਨ ਜਿਹੜਾ ਹੈਗਾ ਉਹ ਅਸੀਂ ਲੈ ਕੇ ਆਏ ਹਾਂ। ਪੂਰੇ ਦੇ ਪੂਰੇ ਮੇਲੇ ਏਰੀਆ ਵਿੱਚ ਤਕਰੀਬਨ 22 ਸਬ ਕੰਟਰੋਲ ਰੂਮ ਬਣੇ ਹੈਗੇ ਜਿਨ੍ਹਾਂ ਵਿੱਚੋਂ ਮੋਨੀਟਰਿੰਗ ਕੀਤੀ ਜਾ ਰਹੀ ਹੈਗੀ ਹੈ ਚੱਪੇ ਚੱਪੇ ਦੀ। ਤਕਰੀਬਨ 600 CCTV ਕੈਮਰਾ ਜਿਹੜਾ ਹੈਗਾ ਉਹ ਮੇਲਾ ਏਰੀਆ ਵਿੱਚ ਡਿਪਲੋਏ ਕੀਤਾ ਗਿਆ ਅਤੇ ਸਾਰੇ ਦੇ ਸਾਰੇ ਜਿਹੜੇ 600 ਕੈਮਰੇ ਹੈਗੇ ਇਹਨਾਂ ਦੀ ਸੈਂਟਰਲ ਲਾਈਵ ਮੋਨੀਟਰਿੰਗ ਜਿਹੜੀ ਹੈ ਉਹ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਜੋ ਹੈ ਉੱਥੇ ਦੇਖਿਆ ਜਾ ਰਿਹਾ। ਕਹਿਣ ਦਾ ਮਤਲਬ ਇਹ ਕਿ ਇੱਕ ਥਾਂ ਬੈਠ ਕੇ 600 ਥਾਵਾਂ 'ਤੇ ਹੋਣ ਵਾਲੀ ਹਰ ਗਤੀਵਿਧੀ 'ਤੇ ਨਜ਼ਰ ਰੱਖੀ ਜਾ ਰਹੀ ਹੈ। ਇਸ ਕਮਾਂਡ ਐਂਡ ਕੰਟਰੋਲ ਸੈਂਟਰ ਵਿੱਚ ਜਿੱਥੇ ਜਿੱਥੇ ਕੈਮਰਾ ਹੈਗਾ ਉੱਥੇ PA ਪਬਲਿਕ ਐਡਰੈਸ ਸਿਸਟਮ ਲੱਗਿਆ ਹੋਇਆ। ਕਿਸੇ ਵੀ ਐਮਰਜੈਂਸੀ ਵਿੱਚ ਕਿਸੇ ਵੀ ਥਾਂ 'ਤੇ ਕੋਈ ਜੇ ਮੈਸੇਜ ਪਹੁੰਚਾਉਣਾ ਹੋਏ ਭਾਵੇਂ ਉੱਥੇ ਦੇ ਤੈਨਾਤ ਮੁਲਾਜ਼ਮਾਂ ਨੂੰ ਜਾਂ ਸੰਗਤ ਨੂੰ ਜਾਂ ਪਬਲਿਕ ਨੂੰ ਤਾਂ ਸੈਂਟਰਲੀ ਕੰਟਰੋਲ ਰੂਮ ਤੋਂ ਪਬਲਿਕ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ ਅਤੇ ਐਮਰਜੈਂਸੀ ਮੈਸੇਜ ਪਹੁੰਚਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਡਰੋਨ ਸਰਵੇਲੈਂਸ, ਪਾਣੀ ਵਿੱਚ ਮੋਟਰਬੋਟ ਕਿਸ਼ਤੀਆਂ, ਐਂਟੀ ਟੈਰਰਿਜ਼ਮ ਸਕੁਆਡ, ਇਹ ਸਾਰੇ ਜਿਹੜੇ ਹੈਗੇ ਹੈ ਇਹ ਥਾਂ ਥਾਂ 'ਤੇ ਤੈਨਾਤ ਕੀਤੇ ਗਏ ਹਨ ਅਤੇ ਇਸ ਗੱਲ ਦਾ ਮੈਂ ਯਕੀਨ ਦੇਣਾ ਚਾਹੁੰਦਾ ਕਿ ਪਬਲਿਕ ਇਹ ਬਿਲਕੁਲ ਨਿਸ਼ਚਿੰਤ ਹੋ ਕੇ ਆ ਸਕਦੀ ਹੈ ਕਿ ਉੱਥੇ ਜਿਹੜੇ ਸਿਕਿਉਰਿਟੀ ਦੇ ਪ੍ਰਬੰਧ ਹੈ ਉਹ ਬਿਲਕੁਲ ਟੌਪ ਕਲਾਸ ਹੈ ਅਤੇ ਉਹ ਬਿਲਕੁਲ ਸਿਕਿਉਰ ਹੈ।
ਇੱਕ ਚੀਜ਼ ਹੋਰ ਹੈ ਜੀ, ਆਮ ਲੋਕ ਮੰਨ ਲਓ ਕਿਸੇ ਨੂੰ ਕੋਈ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਗਿਆ, ਜਾਂ ਮੰਨ ਲਓ ਕਿ ਸ਼ਾਇਦ ਉੱਥੇ ਪੁਲਿਸ ਦੀ ਜ਼ਰੂਰਤ ਵੀ ਨਹੀਂ, ਜਾਂ ਕਿਸੇ ਕੋਈ ਚੀਜ਼ ਗੁਆਚ ਗਈ, ਜਾਂ ਮੰਨ ਲਓ ਕਿਸੇ ਦਾ ਕੋਈ ਬੱਚਾ ਇੱਧਰ ਉੱਧਰ ਹੋ ਗਿਆ, ਤਾਂ ਕੀ ਇਸ ਦੇ ਲਈ ਕੋਈ ਈਜ਼ੀਲੀ ਅਪਰੋਚ ਦੇ ਲਈ ਕੋਈ ਹੈਲਪ ਡੈਸਕ ਵੀ ਬਣਾਏ ਗਏ ਨੇ, ਜਾਂ ਫਿਰ ਇੱਦਾਂ ਦੀ ਕੋਈ, ਤਾਂ ਕਿ ਆਮ ਬੰਦੇ ਉਹਨਾਂ ਨੂੰ ਸ਼ਾਇਦ ਡਾਇਰੈਕਟ ਕਿਸੇ ਆਫਿਸਰ ਤੱਕ ਜਾਂ ਫਿਰ ਅਪਰੋਚ ਕਰਨਾ ਬੜਾ ਮੁਸ਼ਕਲ ਹੈ, ਤਾਂ ਕਿ ਹਰ ਜਗ੍ਹਾ 'ਤੇ ਕਿਤੇ ਵੀ ਸੰਗਤ ਆ ਉਹਨਾਂ ਨੂੰ ਈਜ਼ੀਲੀ ਜਿਹੜੀ ਆ ਪੁਲਿਸ ਦੀ ਜਿਹੜੀ ਆ ਹੈਲਪ ਮਿਲ ਸਕੇ, ਜਾਂ ਕਿਸੇ ਕਿਸਮ ਦੀ ਉਹਨੂੰ ਹੈਲਪ ਦੀ ਜ਼ਰੂਰਤ ਆ, ਆਮ ਲੋਕਾਂ ਨੂੰ ਪਰੇਸ਼ਾਨੀ ਨਾ ਆਵੇ ਜੀ। ਇਸ ਚੀਜ਼ ਵਾਸਤੇ ਤਕਰੀਬਨ 22 ਕਰੂਸ਼ੀਅਲ ਪੁਆਇੰਟਾਂ 'ਤੇ, ਜਿਨ੍ਹਾਂ ਵਿੱਚ ਸਾਰੀਆਂ ਪਾਰਕਿੰਗਸ ਹੈਗੀਆਂ, ਪਲੱਸ ਜਿਹੜੇ ਜੰਕਸ਼ਨ ਹੈਗੇ, ਪਲੱਸ ਉਹ ਥਾਵਾਂ ਜਿੱਥੇ ਭੀੜ ਹੋਏਗੀ, ਉੱਥੇ 22 ਕੰਟਰੋਲ ਰੂਮ ਬਣਾਏ ਗਏ ਹਨ। ਇਹਨਾਂ ਸਾਰਾ ਕੰਟਰੋਲ ਰੂਮਸ ਦੇ ਨਾਲ ਹੈਲਪ ਡੈਸਕ ਹੈਗੇ ਹੈ। ਇੱਥੇ ਪੰਜਾਬ ਸਰਕਾਰ ਵੱਲੋਂ, ਜ਼ਿਲ੍ਹਾ ਪ੍ਰਸ਼ਾਸਨ ਵੱਲੋਂ, ਪੰਜਾਬ ਪੁਲਿਸ ਵੱਲੋਂ ਆਪਣੇ ਨੁਮਾਇੰਦੇ ਜਿਹੜੇ ਤੈਨਾਤ ਕੀਤੇ ਗਏ ਹਨ। ਹਰ ਹੈਲਪ ਡੈਸਕ 'ਤੇ ਮੈਡੀਕਲ ਹੈਲਪ ਹੈਗੀ ਹੈ, ਐਮਰਜੈਂਸੀ ਸਰਵਿਸਿਜ਼ ਅਵੇਲੇਬਲ ਹੈਗੀਆਂ, ਐਂਡ ਉੱਥੇ ਜੇ ਕਿਸੇ ਚੀਜ਼ ਦੀ ਕੋਈ ਗੁਆਚ ਜਾਂਦੀ ਹੈ, ਖੋਇਆ ਪਾਇਆ, ਜੇ ਕੋਈ ਚੀਜ਼ ਗੁਆਚ ਜਾਂਦੀ ਹੈ ਜਾਂ ਕੋਈ ਲੱਭ ਜਾਂਦੀ ਹੈ, ਉਹਨੂੰ ਪਬਲਿਕ ਤੱਕ ਪਹੁੰਚਾਉਣ ਦੀ ਤਿਆਰੀ ਵੀ ਕੀਤੀ ਗਈ ਹੈ। ਤੁਹਾਨੂੰ ਜਾਣ ਕੇ ਖੁਸ਼ੀ ਹੋਏਗੀ ਕਿ ਕੱਲ੍ਹ ਦੇ ਮੇਲੇ ਵਿੱਚ ਹੀ ਕਰੀਬ ਦੋ ਬੱਚੇ ਇਹੋ ਜਿਹੇ ਸੀਗੇ ਜਿਹੜੇ ਡਿਫਰੈਂਟ ਡਿਫਰੈਂਟ ਥਾਵਾਂ 'ਤੇ ਆਪਣੇ ਪੇਰੈਂਟਸ ਤੋਂ ਵਿਛੜ ਗਏ ਸੀਗੇ, ਅਤੇ ਇਹਨਾਂ ਹੈਲਪ ਡੈਸਕ ਦੀ ਮਦਦ ਨਾਲ ਉਹ ਜਿਹੜੇ ਬੱਚੇ ਸੀਗੇ ਆਪਣੇ ਪੇਰੈਂਟਸ ਨੂੰ ਮਿਲਵਾਏ ਗਏ, ਅਤੇ ਉਹ ਬਹੁਤ ਸੈਟਿਸਫਾਈਡ ਸੀਗੇ ਕਿ ਜਿਸ ਤਰੀਕੇ ਨਾਲ ਡੀਲ ਕੀਤਾ ਅਤੇ ਜਿੰਨੀ ਸਪੀਡ ਨਾਲ ਬੱਚੇ ਜਿਹੜੇ ਸੀ ਆਪਣੇ ਪੇਰੈਂਟਸ ਨੂੰ ਮਿਲਾ ਦਿੱਤੇ ਗਏ। ਇੱਕ ਬੜੀ ਹਰੇਕ ਵਿਅਕਤੀ ਦੇ ਮਨ 'ਚ ਨਾ ਸ਼ੰਕਾ ਰਹਿੰਦਾ ਜੀ ਆਪਦੇ ਆਪ ਨੂੰ ਲੈ ਕੇ, ਆਪਦੇ ਚੀਜ਼ ਨੂੰ ਲੈ ਕੇ। ਪਾਰਕਿੰਗ ਤੁਸੀਂ ਬਹੁਤ ਦੂਰ ਬਣਾਤੀ, ਉੱਥੇ ਲੋਕਾਂ ਦੀਆਂ ਗੱਡੀਆਂ ਖੜੀਆਂ ਹੋ ਗਈਆਂ, ਉਸ ਤੋਂ ਬਾਅਦ ਟੈਂਟ ਸਿਟੀ ਵੀ ਬਣੇ ਹੋਏ ਆ। ਟੈਂਟ ਸਿਟੀ ਦੇ ਵਿੱਚ ਵੀ ਹਰ ਵਿਅਕਤੀ ਨੂੰ ਸ਼ਾਇਦ ਇਹ ਲੱਗਦਾ ਹੋਊਗਾ ਯਾਰ ਮੇਰਾ ਸਮਾਨ ਅੰਦਰ ਪਿਆ ਹੈਗਾ, ਕਿਉਂਕਿ ਟੈਂਟ ਸਿਟੀ ਨੇ ਸਮਾਨ ਉਹ ਸਾਰਾ ਬੰਦਾ ਕੈਰੀ ਵੀ ਨਹੀਂ ਕਰ ਸਕਦਾ। ਤਾਂ ਕੀ ਟੈਂਟ ਸਿਟੀ ਦੀ ਸਿਕਿਉਰਿਟੀ ਔਰ ਜਿੱਥੇ ਵਹੀਕਲ ਪਾਰਕ ਕੀਤੇ ਹੋਏ ਲੋਕਾਂ ਦੇ, ਕੀ ਉਹਦੀ ਸੁਰੱਖਿਆ ਦੀ ਜ਼ਿੰਮੇਵਾਰੀ ਵੀ ਚੁੱਕੀ ਗਈ ਹੈ? ਉੱਥੇ ਬਕਾਇਦਾ ਟੀਮਾਂ ਸਪੈਸ਼ਲ ਲਾਈਆਂ ਗਈਆਂ ਨੇ ਤਾਂ ਕਿ ਇਹ ਨਾ ਹੋਵੇ ਠੱਲ ਕੇ ਕੋਈ ਹੋਰ ਜਾਵੇ ਅਤੇ ਲੈ ਉੱਥੋਂ ਕੋਈ ਹੋਰ ਜਾਵੇ? ਜੀ, ਇਹ ਜਿੰਨੇ ਵੀ ਥਾਵਾਂ ਤੁਸੀਂ ਦੱਸੀਆਂ, ਇੱਥੇ 3 ਟੀਅਰ ਸਿਕਿਉਰਿਟੀ ਹੈਗੀ। ਇੱਕ ਹੈਗੀ ਹੈ ਮੋਨੀਟਰਿੰਗ ਅਤੇ ਸਰਵੇਲੈਂਸ ਦੀ, ਟੈਂਟ ਸਿਟੀ ਹੋ ਗਈ, ਪਾਰਕਿੰਗ ਹੋ ਗਈ, ਇਹ 100% CCTV ਦੇ ਥੱਲੇ ਕੈਦ ਹੈ ਅਤੇ ਮੋਨੀਟਰ ਕੀਤਾ ਜਾ ਰਿਹਾ। ਟੈਂਟ ਸਿਟੀ ਵਿੱਚ ਖਾਸ ਤੌਰ 'ਤੇ ਪ੍ਰਾਈਵੇਟ ਸਿਕਿਉਰਿਟੀ ਦਾ ਪ੍ਰਬੰਧ ਕੀਤਾ ਗਿਆ, ਅਤੇ ਪ੍ਰਾਈਵੇਟ ਸਿਕਿਉਰਿਟੀ ਦੇ ਨਾਲ ਹੀ ਸਾਡੀ ਪੰਜਾਬ ਪੁਲਿਸ ਜਿਹੜੀ ਹੈ ਉਹ ਵੀ ਤੈਨਾਤ ਹੈਗੀ ਹੈ ਕਿ ਜੇ ਕਿਤੇ ਕੋਈ ਕਤਾਈ ਜਾਂ ਕਮੀ ਪੇਸ਼ੀ ਰਹਿ ਜਾਂਦੀ ਹੈ ਤਾਂ ਉਹਨੂੰ ਇਹ ਕਵਰ ਕਰ ਲੈਣਗੇ। ਸਾਡੇ ਹਿਸਾਬ ਨਾਲ ਇਹ ਦੋਨੋਂ ਜਿਹੜੇ ਪਾਰਕਿੰਗਸ ਹੈਗੀਆਂ ਅਤੇ ਜਿਹੜੀ ਟੈਂਟ ਸਿਟੀਜ਼ ਹੈਗੇ, ਇੱਥੇ ਸਿਕਿਉਰਿਟੀ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ। ਇੱਕ ਆਮ ਲੋਕਾਂ ਦੀ ਧਾਰਨਾ ਪੁਲਿਸ ਨੂੰ ਲੈ ਕੇ, ਕੀ ਤੁਹਾਡੇ ਮੁਲਾਜ਼ਮਾਂ ਨੂੰ ਕੋਈ ਖਾਸ ਟ੍ਰੇਨਿੰਗ ਦਿੱਤੀ ਗਈ ਹੈ ਕਿ ਪ੍ਰਕਾਸ਼ ਪੁਰਬ ਨੇ, ਕਿਉਂਕਿ ਪੁਲਿਸ ਦਾ ਸੁਭਾਅ ਕਹਿੰਦੇ ਕਿ ਥੋੜ੍ਹਾ ਪੰਜਾਬ ਪੁਲਿਸ ਦਾ ਤਾਂ ਜ਼ਿਆਦਾ ਹੀ ਸਖਤ ਹੈ, ਆਮ ਲੋਕ ਵੈਸੇ ਹੀ ਡਰਦੇ ਨੇ, ਨਾਕੇ ਲੱਗੇ ਹੋਏ ਨੇ, ਨਾਕਿਆਂ 'ਤੇ ਕਿਸ ਤਰ੍ਹਾਂ ਮਿਸਬਿਹੇਵ ਨਹੀਂ ਕਰਨਾ ਜਾਂ ਕਿਸੇ ਨਾਲ ਡੀਲ ਕਿੱਦਾਂ ਕਰਨਾ, ਤਾਂ ਕੀ ਇਹਦੀ ਖਾਸ ਹਦਾਇਤ ਕੋਈ ਤੁਹਾਡੇ ਵੱਲੋਂ ਕੀਤੀ ਗਈ ਹੈ ਕਿ ਆਮ ਲੋਕਾਂ ਨਾਲ ਪਿਆਰ ਨਾਲ ਪੇਸ਼ ਆਉਣਾ, ਇਹ ਨਾ ਹੋਵੇ ਕਿ ਆ ਰਿਹਾ ਅਗਲਾ ਨਤਮਸਤਕ ਹੋਣ ਸ਼ਰਧ ਨਾਲ ਅਤੇ ਤੁਹਾਡੇ ਮੁਲਾਜ਼ਮ ਉੱਥੇ ਦਬਕੇ ਮਾਰਦੇ ਹੋਣ ਲੋਕਾਂ ਨੂੰ? ਤੁਸੀਂ ਗੱਲ ਕਹੀ ਕਿ ਪੰਜਾਬ ਪੁਲਿਸ ਬਾਰੇ ਖਾਸ ਹੈ ਕਿ ਪੰਜਾਬ ਪੁਲਿਸ ਸਖਤ ਹੈ, ਇਸ ਗੱਲ ਦੀ ਨਿਸ਼ਾਨੀ ਹੈ ਜੀ ਕਿ ਪੰਜਾਬ ਪੁਲਿਸ ਆਪਣੀ ਡਿਊਟੀ ਪ੍ਰਤੀ ਬਹੁਤ ਜ਼ਿਆਦਾ ਪਾਬੰਦ ਹੈ। ਲੇਕਿਨ ਜਿੱਥੇ ਸਖਤੀ ਦੀ ਲੋੜ ਹੈ ਉੱਥੇ ਸਖਤੀ, ਲੇਕਿਨ ਜਿੱਥੇ ਸੇਵਾ ਦੀ ਅਤੇ ਹੈਲਪ ਦੀ ਲੋੜ ਹੈ, ਸਹਾਇਤਾ ਦੀ, ਉੱਥੇ ਸਹਾਇਤਾ। ਸਾਰੀ ਜਿਹੜੀ ਇੱਥੇ ਡਿਪਲੋਇਮੈਂਟ ਹੋਈ ਹੈ ਉਹਨੂੰ ਟ੍ਰੇਨ ਕੀਤਾ ਗਿਆ, ਬਰੀਫ ਕੀਤਾ ਗਿਆ, ਅਤੇ ਤੁਹਾਨੂੰ ਹੈਰਾਨਗੀ ਹੋਏਗੀ ਕਿ ਬਹੁਤ ਜ਼ਿਆਦਾ ਸ਼ਰਧਾ ਭਾਵ ਇੱਥੇ ਮੁਲਾਜ਼ਮਾਂ ਵਿੱਚ ਹੈਗਾ, ਅਤੇ ਬਹੁਤ ਮੁਲਾਜ਼ਮਾਂ ਨੇ ਵਲੰਟੀਅਰ ਕੀਤਾ ਹੈਗਾ ਕਿ ਸਾਨੂੰ ਇੱਥੇ ਡਿਊਟੀ ਦਾ ਮੌਕਾ ਦਿੱਤਾ ਜਾਏ। ਦੂਸਰੀ ਗੱਲ ਤੁਸੀਂ ਨੋਟ ਕਰੋਗੇ, ਕਿਸੇ ਵੀ ਮੁਲਾਜ਼ਮ ਦੇ ਹੱਥ ਵਿੱਚ ਕੋਈ ਅਸਲਾ ਜਾਂ ਡੰਡਾ ਨਹੀਂ ਹੈਗਾ। ਇਹ ਇਸ ਗੱਲ ਦਾ ਪ੍ਰਤੀਕ ਹੈ ਕਿ ਜੋ ਫੋਰਸ ਇੱਥੇ ਲੱਗੀ ਹੈ ਉਹ ਲੋਕਾਂ ਦੀ ਸਹਾਇਤਾ ਵਾਸਤੇ ਅਤੇ ਗਾਈਡ ਕਰਨ ਵਾਸਤੇ ਲੱਗੀ ਹੈ, ਨਾ ਸਿਰ ਨਾ ਬਲਕਿ ਉਹਨਾਂ ਨੂੰ ਦਬਕੇ ਮਾਰਨ ਜਾਂ ਜਿਹੜੀ ਓਰਿਜਨਲ ਜਿਹੜੀ ਕੋਅਰਸਿਵ ਪੁਲਿਸਿੰਗ ਹੁੰਦੀ ਹੈ ਉਹ ਕਰਨ ਵਾਸਤੇ। ਇਸ ਤੋਂ ਇਲਾਵਾ ਜਿਹੜੀ ਇੱਥੇ ਪੁਲਿਸ ਲੱਗੀ ਹੈਗੀ ਹੈ ਉਹਨੂੰ ਇਹ ਬੜਾ ਕੰਪਲੀਟਲੀ ਬਰੀਫ ਕੀਤਾ ਜਾ ਚੁੱਕਿਆ ਹੈਗਾ ਕਿ ਤੁਸੀਂ ਹਰ ਹਾਲਤ ਵਿੱਚ ਲੋਕਾਂ ਦੇ ਸਹਾਈ ਬਣਨਾ, ਲੋਕਾਂ ਨੂੰ ਗਾਈਡ ਕਰਨਾ, ਐਂਡ ਇਹਦੇ ਉੱਪਰ ਇੱਕ ਫਾਈਨਲ ਲੇਅਰ ਤਿਆਰ ਕੀਤੀ ਗਈ ਹੈ ਮੋਨੀਟਰਿੰਗ ਦੀ। ਅਸੀਂ ਕਮਿਊਨਿਟੀ ਨੂੰ ਅਪੀਲ ਕੀਤੀ ਹੈਗੀ ਹੈ, ਅਸੀਂ ਆਪਣੇ ਨਾਲ ਕੁਛ ਇਹੋ ਜਿਹੇ ਵਲੰਟੀਅਰਸ ਹੈ ਜਿਨ੍ਹਾਂ ਨੂੰ ਅਸੀਂ ਛੱਡਿਆ ਹੈਗਾ, ਜਿਹੜੇ ਉੱਥੇ ਪਬਲਿਕ ਪਰਫੋਰਮੈਂਸ ਦਾ ਲਾਈਵ ਡੇ ਟੂ ਡੇ ਆਡਿਟ ਕਰਦੇ ਹੈ ਅਤੇ ਸਾਨੂੰ ਅਪਡੇਟ ਕਰਦੇ ਹੈ, ਅਤੇ ਉਸ ਆਡਿਟ 'ਤੇ ਜਿਹੜੀਆਂ ਸਾਨੂੰ ਪੁਆਇੰਟਸ ਨਜ਼ਰ ਆਉਂਦੇ ਹੈਗੇ ਜਾਂ ਸਾਡੇ ਧਿਆਨ ਵਿੱਚ ਗੱਲਾਂ ਆਉਂਦੀਆਂ, ਅਸੀਂ ਇਮੀਡੀਏਟਲੀ ਐਡਰੈਸ ਕਰਦੇ ਹਾਂ ਅਤੇ ਲੋਕਾਂ ਨੂੰ ਗਾਈਡ ਕਰਦੇ ਹਾਂ, ਸਾਡੇ ਮੁਲਾਜ਼ਮਾਂ ਨੂੰ ਗਾਈਡ ਕਰਦੇ ਹਾਂ ਕਿ ਉਹ ਪਬਲਿਕ ਨੂੰ ਈਵਨ ਬੈਟਰ ਸਰਵਿਸ ਪ੍ਰੋਵਾਈਡ ਕਰਨ। ਅਸੀਂ ਮਹਿਸੂਸ ਕਰਦੇ ਹਾਂ, ਪੰਜਾਬ ਪੁਲਿਸ ਇਸ ਗੱਲ ਨੂੰ ਮਹਿਸੂਸ ਕਰਦੀ ਹੈ ਕਿ ਇਹ ਬਹੁਤ ਵੱਡਾ ਅਤੇ ਇੱਕ ਬਹੁਤ ਜ਼ਿਆਦਾ ਅਹਿਮ ਫੰਕਸ਼ਨ ਹੈਗਾ, ਅਤੇ ਪੰਜਾਬ ਪੁਲਿਸ ਇਸ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹੈ, ਪ੍ਰਤੀਬੱਧ ਹੈ ਕਿ ਉਹ ਪਬਲਿਕ ਨੂੰ ਇੱਕ ਬਹੁਤ ਅੱਛਾ ਅਤੇ ਯਾਦਗਾਰ ਐਕਸਪੀਰੀਅੰਸ ਦੇ। ਆਈ ਸਰ, ਇੱਕ ਹੋਰ ਚੀਜ਼ ਹੈ ਕਿ ਸਮਾਗਮ ਕਰਵਾਏ ਜਾਂਦੇ ਆਮ ਸੰਗਤ ਦੇ ਲਈ ਕਿ ਸੰਗਤ ਹੈ ਜਿਹੜੀ ਉਹ ਆ ਸਕੇ, ਫੈਸਿਲਿਟੀਜ਼ ਜਿਹੜੀਆਂ ਉਹਨਾਂ ਲਈ ਦਿੱਤੀਆਂ ਜਾ ਰਹੀਆਂ ਨੇ, ਪਰ ਇੱਕ ਜਦੋਂ VIPs ਆਉਂਦੇ ਨੇ
ਜਦੋਂ VIP ਇੱਕ VIP ਆ ਗਿਆ ਤਾਂ ਉਹਦੇ ਨਾਲ ਵੱਡੀ ਗਿਣਤੀ 'ਚ ਸੰਗਤ ਹੈ ਜਿਹੜੀ ਉਹ ਪਰੇਸ਼ਾਨ ਹੁੰਦੀ ਹੈ, ਰੂਟ ਰੋਕ ਦਿੱਤੇ ਜਾਂਦੇ ਨੇ, ਤਾਂ ਸਾਰੀ ਜਿਹੜੀ ਪੁਲਿਸ ਫੋਰਸ ਹੈ ਜਿਹੜੀ ਆਮ ਸੰਗਤ ਦੇ ਲਈ ਲਾਈ ਹੁੰਦੀ ਹੈ ਤਾਂ ਉਹਦਾ ਧਿਆਨ ਕੇਂਦਰਿਤ ਹੋ ਜਾਂਦਾ VIP ਵਾਲੇ ਪਾਸੇ। ਤਾਂ ਕੋਈ ਐਸਾ ਪ੍ਰਬੰਧ ਹੈ ਕਿ ਇਹ ਨਾ ਹੋਵੇ ਕਿ VIP ਐਂਟਰ ਕਰ ਜਾਣ ਅਤੇ ਆਮ ਲੋਕ ਵਿਚਾਰੇ ਪਰੇਸ਼ਾਨ ਹੁੰਦੇ ਰਹਿਣ, ਖੱਜਲ ਹੁੰਦੇ ਰਹਿਣ? ਜਦ ਆਪਾਂ ਗੱਲਬਾਤ ਸ਼ੁਰੂ ਕੀਤੀ ਸੀ ਮੈਂ ਪਹਿਲੀ ਗੱਲ ਕਹੀ ਸੀਗੀ ਕਿ ਇਹ ਜਦ ਪ੍ਰੋਗਰਾਮ ਉਲੀਕਿਆ ਗਿਆ ਇਹਦੇ ਵਿੱਚ ਪਬਲਿਕ ਨੂੰ ਕੰਸਲਟ ਕੀਤਾ ਗਿਆ, ਪਬਲਿਕ ਦੀ ਰਿਕੁਆਇਰਮੈਂਟ ਨੂੰ ਲਿਆ ਗਿਆ। ਉਹਦੇ ਵਿੱਚ ਸਭ ਤੋਂ ਪਹਿਲੀ ਅਤੇ ਵੱਡੀ ਰਿਕੁਆਇਰਮੈਂਟ ਦੱਸੀ ਗਈ ਸੀ ਕਿ ਜਿਹੜਾ VIP ਜਾਂ ਸਿਕਿਉਰਿਟੀ ਦਾ ਤੰਤਰ ਹੁੰਦਾ ਹੈ ਉਸ ਕਰਕੇ ਆਮ ਪਬਲਿਕ ਨੂੰ ਦਿੱਕਤ ਨਾ ਆਏ। ਐਂਡ ਜਿਹੜੀ ਸਾਡੀ ਇਹ ਪਲੈਨਿੰਗ ਹੈ ਇਹਦੇ 'ਚ ਸਭ ਤੋਂ ਵੱਡਾ ਸਾਡਾ ਉਪਰਾਲਾ ਅਤੇ ਸਭ ਤੋਂ ਵੱਡੀ ਪਹਿਲ ਹੀ ਇਸ ਗੱਲ ਦੀ ਹੈ ਕਿ VIP ਅਤੇ ਜਿਹੜੀ ਸਿਕਿਉਰਿਟੀ ਸਿਕਿਉਰਡ ਬੰਦਿਆਂ ਦੀ ਹੈਗੀ ਹੈ, ਜਿਹੜੇ ਥਰੈਟਨਡ ਅਤੇ ਪ੍ਰੋਟੈਕਟਿਡ ਡਿਗਨਿਟਰੀਜ਼ ਹੁੰਦੇ ਆ ਉਹਨਾਂ ਨੂੰ ਅਸੀਂ ਆਮ ਪਬਲਿਕ, ਆਮ ਜਿਹੜਾ ਤੁਹਾਡਾ ਸ਼ਰਧਾਲੂ ਹੈ ਉਸ ਤੋਂ ਬਿਲਕੁਲ ਵੱਖਰਾ ਕਰ ਦਿੱਤਾ ਹੈ। ਇਸ ਵਾਸਤੇ ਡੈਡੀਕੇਟਿਡ ਰੂਟ ਬਣਾਏ ਗਏ ਹੈਗੇ ਹੈ, ਟੈਂਪਰੇਰੀ ਸੜਕਾਂ ਬਣਾਈਆਂ ਗਈਆਂ ਹੈਗੀਆਂ, ਅਤੇ ਇਸ ਗੱਲ ਨੂੰ ਯਕੀਨੀ ਬਣਾਇਆ ਗਿਆ ਕਿ ਕਿਤੇ ਵੀ ਕੋਈ ਵੀ ਗੱਡੀ VIP ਦੀ ਅਤੇ ਪਬਲਿਕ ਦੀ ਜਿਹੜੀ ਮੂਵਮੈਂਟ ਹੈ ਉਹ ਆਪਸ ਵਿੱਚ ਨਹੀਂ ਹੋਏਗੀ। ਅਤੇ ਜਿਹੜਾ ਪੈਡੈਸਟ੍ਰੀਅਨ ਏਰੀਆ ਹੈਗਾ ਉਹ ਅਤੇ ਜਿਹੜਾ ਸ਼ਹਿਰ ਦਾ ਪੈਡੈਸਟ੍ਰੀਅਨ ਏਰੀਆ ਅਤੇ ਜਿਹੜਾ ਸ਼ਹਿਰ ਦਾ ਅੰਦਰ ਦਾ ਪ੍ਰਬੰਧ ਹੈ ਉਹ ਸਾਰਾ ਪਬਲਿਕ ਵਾਸਤੇ, ਅਤੇ VIP ਵਾਸਤੇ ਕੰਪਲੀਟਲੀ ਡਿਫਰੈਂਟ ਐਕਸੈਸ, ਡਿਫਰੈਂਟ ਏਰੀਆ ਅਤੇ ਡਿਫਰੈਂਟ ਰੂਟ ਜਿਹੜਾ ਉਹ ਯਰਮਾਰਕ ਕੀਤਾ ਗਿਆ। ਐਂਡ ਮੈਂ ਬਹੁਤ ਇਸ ਬਾਰੇ ਸ਼ੋਰ ਹੈਗਾ ਕਿ ਇਸ ਮੇਲੇ ਵਿੱਚ ਪਬਲਿਕ ਨੂੰ VVIP ਜਾਂ ਪ੍ਰੋਟੈਕਟਿਡ ਡਿਗਨਿਟਰੀਜ਼ ਦੀ ਮੂਵਮੈਂਟ ਕਰਕੇ ਕੋਈ ਵੀ ਪਰੇਸ਼ਾਨੀ ਬਿਲਕੁਲ ਸਾਹਮਣੇ ਨਹੀਂ ਆਏਗੀ। ਤਾਂ ਉਮੀਦ ਕਰਦੇ ਹਾਂ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਧੂਮਧਾਮ ਨਾਲ ਜਿਵੇਂ ਮਨਾਇਆ ਜਾ ਰਿਹਾ ਤਾਂ ਜਿਹੜੀ ਸੰਗਤ ਇੱਥੇ ਦਰਸ਼ਨਾਂ ਦੇ ਲਈ ਆਵੇਗੀ ਉਹ ਖੁਸ਼ੀ ਦੇ ਨਾਲ ਆਏਗੀ ਔਰ ਖੁਸ਼ੀ ਦੇ ਨਾਲ ਹੀ ਇੱਥੋਂ ਜਾਏਗੀ, ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਉਹਨਾਂ ਨੂੰ ਨਹੀਂ ਕਰਨਾ ਪਵੇਗਾ। ਜਿਸ ਤਰ੍ਹਾਂ ਦੇ ਹਾਲਾਤ ਅਸੀਂ ਵੀ ਦੇਖ ਰਹੇ ਹਾਂ ਕਿ ਟ੍ਰੈਫਿਕ ਨੂੰ ਲੈ ਕੇ ਵੀ ਸਭ ਤੋਂ ਵੱਡੀ ਅਹਿਮ ਸਮੱਸਿਆ ਇਹੀ ਹੁੰਦੀ ਹੈ ਕਿ ਜਦੋਂ ਕੋਈ ਬਾਹਰੋਂ ਸੰਗਤ ਆਉਂਦੀ ਹੈ ਤਾਂ ਉਹਦੇ ਜ਼ਹਿਨ ਦੇ ਵਿੱਚ ਇੱਕ ਵੱਡਾ ਸਵਾਲ ਰਹਿੰਦਾ ਕਿ ਅਸੀਂ ਗੁਰਦੁਆਰਾ ਸਾਹਿਬ ਤੱਕ ਪਹੁੰਚਣਾ ਕਿੱਦਾਂ। ਕਈ ਲੋਕ ਇਸ ਡਰ ਦੇ ਮਾਰੇ ਪਹੁੰਚਦੇ ਨਹੀਂ, ਆਉਂਦੇ ਨਹੀਂ, ਤਾਂ ਤੁਸੀਂ ਬੇਫਿਕਰ ਹੋ ਕੇ ਸੁਲਤਾਨਪੁਰ ਲੋਧੀ ਦੇ ਵਿੱਚ ਆ ਸਕਦੇ ਹੋ। ਦਰਸ਼ਨਾਂ ਦੇ ਲਈ ਜਿੰਨਾ ਅਰੇਂਜਮੈਂਟ ਕੀਤਾ ਗਿਆ ਉਹਦੇ ਮੁਤਾਬਕ ਤੁਸੀਂ ਬੜੇ ਆਰਾਮ ਦੇ ਨਾਲ ਗੁਰਦੁਆਰਾ ਸਾਹਿਬ ਨਤਮਸਤਕ ਹੋ ਕੇ ਜਾ ਸਕਦੇ ਹੋ। ਨਪਿੰਦਰ ਸਿੰਘ ਬਰਾੜ, ਨਿਊਜ਼ 18, ਸੁਲਤਾਨਪੁਰ ਲੋਧੀ।